ਬਹਿ ਨੂੰ ਗੱਲ ਕਰ ਲਵੀਂਦਾ। ਓਏ ਓਏ ਮੂੰਹ ਸੜ ਗਈ ਏ, ਗਰਮ ਏ। ਅੱਛਾ ਪੱਕੀ ਗੱਲ ਅੱਜ ਕਰਵਾਇਆ ਸੀ ਅੱਲਾ। ਚਲ ਵੱਲ ਦੇ ਲੈ ਲਈ ਸੀ ਜੂਸ ਲੈ ਲਈਏ। ਅਸਲਾਮ ਅਲੈਕੁਮ, ਤੁਸੀਂ ਦੇ ਪਏ ਯੂਟਿਊਬ ਚੈਨਲ ਮਿਤਲਾ ਵਲੌਗ ਅਫੀਸ਼ੀਅਲ ਤੇ ਮੇਰਾ ਨਾਮ ਹੈ ਮਲਿਕ ਉਮਰ ਆਜ਼ਾਦ। ਉਮੀਦ ਕਰੇ ਨਾ ਸਾਰੇ ਦੋਸਤ ਖੈਰ ਖਰੀਅਤ ਨਾਲ ਹੋਸੋ, ਠੀਕ ਹੋਸੋ। ਅੱਜ ਦਾ ਮਜ਼ੇਦਾਰ ਵਲੌਗ ਸ਼ੁਰੂ ਕਰ ਦਿੱਤਾ ਆਪਣੇ ਘਰ ਤੋਂ ਮਲਿਕ ਅਵੈਸ ਤੇ ਮੈਂ ਵਹਿੰਦੇ ਪਏ ਮੁਲਤਾਨ। ਇੱਕ ਤਾਂ ਸਾਡਾ ਤੀਜੀ ਰਿਮੋਟ ਖਰਾਬ ਜਿਹੜਾ ਵੀਡੀਓ ਬਣਾਉਂਦਾ, ਉਹਦਾ ਵੰਨ ਕੇ ਪਤਾ ਕਰੇ ਨੇ ਮਾਰਕੀਟ 'ਚ ਬਹਿ ਕੋਈ ਸਾਨੂੰ ਇੱਕ ਦੋ ਕੰਮ ਇਹਨਾਂ ਦੋਸਤਾਂ ਨਾਲ ਗੱਪਾਂ ਛੱਪਾਂ ਵੀ ਲੈ ਸੂੰ ਤੇ ਵਲੌਗ ਪੂਰਾ ਡਿੱਠਾ ਕਰੋ। ਸਾਡੇ ਚੈਨਲ ਕੋਲ ਜਲਦੀ ਜਲਦੀ ਕਰੋ ਸਬਸਕ੍ਰਾਈਬ ਤੇ ਅੱਜ ਦਾ ਮਜ਼ੇਦਾਰ ਵਲੌਗ ਸ਼ੁਰੂ ਕਰ ਦਿੱਤਾ ਤੇ ਇਨਸ਼ਾਅੱਲਾ ਮਜ਼ਾ ਆਸੀ ਵਲੌਗ ਪੂਰਾ ਦੇਖਣਾ। ਇਹ ਵਧੇ ਮੁਲਤਾਨ ਗੁਲਸ਼ਨ ਮਾਰਕੀਟ ਮਤਲਬ ਜੀ ਰਿਮੋਟ ਕੋ ਨਹੀਂ, ਤੇ ਤਰੇ ਚਾਰ ਦੁਕਾਨਾਂ ਫਿਰੇ ਤੇ ਉਹਦੇ ਕੋ ਨਹੀਂ ਵੀ ਪਰ ਰਿਮੋਟ ਲਵਣਾ ਹੀ ਮੋਬਾਈਲ ਚਲਾਵਣ ਵਾਲਾ ਤੁਹਾਨੂੰ ਜਿਵੇਂ ਦੱਸਾ ਹੈ ਮਾਰਕੀਟ ਹੀ ਖੜਾ ਇੱਥੇ ਘੈਂ ਕੋਲ ਨਹੀਂ ਮਿਲਦਾ। ਹੁਣ ਅੱਗਾਂ ਮੁਮਤਾਜ਼ਾਬਾਦ ਚੱਲੂੰ ਜਾਂ ਕੋਈ ਬਈ ਕੀ ਕਰੂੰ। ਹੁਣ ਮਲਿਕ ਸਾਹਿਬ ਪੂਰੀ ਪਰੇਸ਼ਾਨ ਹੋਏ ਖੜੇ ਨੇ, ਹੁਣ ਸੋਚਿਆ ਦੇਖਣਾ ਕੀ ਕਰੂੰ, ਕਿਉਂਕਿ ਨਾ ਜਾਂ ਤਾਂ ਇਹ ਕੁਕੀ ਨੂੰ ਚੈੱਕ ਕਰਵਾਉਂ ਬਣਦਾ ਜਾਂ ਨਹੀਂ ਬਣਦਾ, ਖੁੱਲਦਾ ਤਾਂ ਇਹ ਬਣਦਾ ਤਾਂ ਇਹ ਮੇਰੇ ਖਿਆਲ ਹੈ, ਜਾਂ ਤਾਂ ਉੱਥੋਂ ਆਪਣੇ ਇਲਾਕੇ 'ਚ ਪਤਾ ਕਰੂੰਗਾ। ਇਹ ਅਦਨ ਨਹੀਂ ਮਿਲਦਾ ਯਾਨੀ ਜਿਹੜਾ ਨਾਲ ਆਉਂਦਾ ਉਹ ਹੁੰਦਾ, ਲੇਕਿਨ ਮਿਲ ਪੈਂਦਾ ਇਹ ਉੱਥੋਂ ਮੁਮਤਾਜ਼ਾਬਾਦ 'ਚ ਮੈਂ ਪਤਾ ਕੀਤਾ ਉੱਥੋਂ ਨਾ ਕਾਈ ਬਈ ਮਿਲ ਪੈਂਦਾ। ਇੱਥੋਂ ਨਿਕਲਦੇ ਹਾਂ ਅਗਾਂਹ ਚੱਲਦੇ ਹਾਂ, ਤੁਹਾਨੂੰ ਦੱਸੇ ਨੇ ਸੂਰਤ ਹਾਲ ਵੀਰ ਵੀਰ ਬਹਿੰਦੇ ਪਏ ਸਾਹਮਣੇ ਨੁੱਕਰ ਦੇ ਇਨ ਗੁਲਸ਼ਨ ਮਾਰਕੀਟ ਫਰੈਸ਼ ਜੂਸ ਵਾਲੇ। ਉਹ ਯਾਰ ਮੈਨੂੰ ਨਾਂ ਨਹੀਂ ਛੱਡਣੇ ਆਉਂਦੇ, ਨਾ ਦੱਸਿਆ ਕਰ ਉਹ ਸਾਹਮਣੇ ਆਪੇ ਪੜ ਲੈ ਤੈਨੂੰ ਵੀਰ। ਮਲਿਕ ਸਾਹਿਬ ਆ ਕੇ ਪਹਿਲੇ ਜੂਸ ਪੀਂਦੇ ਆ, ਗਰਮੀ ਬੜੀ ਹੈ, ਮੇਰੇ ਵਾਸਤੇ ਨਾ ਲੈਮਕਾ ਲੈ ਆਵੇ ਕੋਈ ਚੰਗਾ ਜੀ ਆ ਤੇ ਆਪਣਾ ਦੇਖ ਲਵੇ। ਪੈਸੇ ਨਹੀਂ ਨਾ ਉਹ ਬਿਸਮੁੱਲਾ ਹੈ ਦੇਵਾਂ ਯਾਰ, ਘੈਂ ਜੀ ਵਾਰ ਦਾ ਕਰੇ ਨੇ ਪੈਸੇ, ਸ਼ਰਮ ਕਿਹਦੀ ਕਰ। ਹਾਲੀ ਕੋ ਨਹੀਂ ਵੱਲ ਤੈਨੂੰ ਦੇਣੇ ਹੈ, ਹਾਲੀ ਬਾਂਝ ਤੂੰ ਖੇਡ ਆਪਣਾ ਕੰਮ ਕਰ, ਕਿਉਂਕਿ ਨਾ ਬਈਆਂ ਵੱਲ 7-8 ਨੂੰ ਭੇਜ ਦੇਸ ਇਹਦਾ, ਜਲਦੀ ਆ। ਪੱਕੀ ਗੱਲ ਅੱਜ ਕਰਵਾਇਆ ਸੀ ਅੱਲਾ। ਚਲ ਵੱਲ ਦੇਣਾ ਤੇਰੇ ਉਹਨੇ ਕੁਝ ਨੋ ਇਹਨਾਂ ਵੱਲ ਦੇਖ ਲਵੇ। ਚਲ ਨਾਲ ਖੈਰ ਦੇ ਮਲਿਕ ਸਾਹਿਬ ਜੂਸ ਲਵਣ ਗਿਆ ਵਾ ਦੱਸਾਂ, ਮੈਂ ਕਿਹਾ ਤੇਰੇ ਜ਼ਿੰਮੇ ਲਾਉਂ ਠੱਡਾ ਠਾਰ ਜੂਸ ਲੈ ਤੇ ਆ। ਲੈ ਲਈ ਸੀ ਜੂਸ ਲੈ ਲਈਏ, ਹਾਸਿਲ ਕਰ ਲਈਏ ਚੰਗੀ ਦੇਰ ਤੋਂ ਬਾਅਦ ਨਾ ਮਲੇ ਜੀ ਮਲੇ ਨੂੰ ਪਹਿਲਾਂ ਠਰੇ ਦੇ ਮੈਂ ਵਾ ਲੱਗਾ ਟੁਰਿਆ ਸਾਂ ਫਿਰਿਆ ਸਾਂ, ਜੈ ਦੋਸਤ ਪੀਵਣੇ ਆ ਤੇਰੇ, ਇਹ ਤਾਂ ਗਰਮੀ ਬੜੀ ਹੈ ਇੱਥੇ। ਰਿਵਰ ਵਾਪਸੀ ਨਿਕਲੇ ਵੇ ਨੇ, ਪੋਲ ਕ੍ਰਾਸ ਕੀਤੀ ਵੇ ਨੇ ਦੁਬਾਰਾ ਵਾਪਸੀ ਵਾਲੇ ਪਾਸੇ। ਮਲਿਕ ਸਾਹਿਬ ਆ ਤਾਂ ਯਾਰ ਕਿਹਨੂੰ ਪੀਜ਼ਾ ਖਾਊਂ, ਇੱਕ ਜਾ ਡਿੱਠੀ ਹੈ ਨਵੀਂ, ਮੈਂ ਕਿਹਾ ਵੱਡੀਆਂ ਦੁਕਾਨਾਂ ਦਾ ਤਾਂ ਬੜਾ ਗਵਾਇਆ, ਕੋਈ ਇੱਕ ਰੇਹੜੀ ਲਾਈ ਖੜਾ ਪੀਜ਼ੇ ਵਾਲੀ ਬੰਦਾ, ਉੱਥੇ ਚੱਲ ਕੇ ਤੁਹਾਨੂੰ ਦਿਖਾਉਂਦਾ ਹੀ ਹੈ ਤੇ ਅੱਜ ਪੀਜ਼ਾ ਹੀ ਖਾਣੇ ਉਹਦੇ ਕੋਲੋਂ, ਦੇਖਦੇ ਕਿਹੋ ਜਿਹਾ ਪੀਜ਼ਾ ਆਉਂਦਾ ਉਹ ਤੁਹਾਨੂੰ ਅੱਜ ਦੱਸੇ ਨੇ ਜਿਵੇਂ ਨਾ। ਰਿਵਰ ਬਾਈ ਵਾਲਾ ਨੂੰ ਆਰਡਰ ਦੇ ਦਿੱਤਾ ਪੀਜ਼ੇ ਦਾ, ਹੁਣ ਦੇਖਦੇ ਹਾਂ ਵੀ ਸਾਨੂੰ ਕੇਸ਼ਾ ਬਣਾ ਕੇ ਅੱਜ ਖਵਾਉਂਦੇ ਨੇ ਸਾਰੇ ਵੀਰਾ, ਆਏ ਅਸਾਂ ਇੱਥੇ ਅੱਜ ਪਹਿਲੀ ਦਫਾ ਖੜੇ ਹਾਂ, ਜਿਵੇਂ ਕਿ ਤੁਹਾਨੂੰ ਦੱਸਾਂ ਇਹਨਾਂ ਵੀ ਵਹਿੰਦੜੀ ਨਾਲ ਡਿੱਠਾ ਆਂਦੜ ਵਾਲੀ ਨਾਲ ਕੋਈ ਰੋਕ ਗਿਆ। ਮਲਿਕ ਸਾਹਿਬ ਤਾਂ ਵੱਡੀ ਦੁਕਾਨ ਤੜੇਂਦਾ ਅੱਜ, ਲੇਕਿਨ ਜੀ ਬਣਾਈ ਵਾ ਤਾਂ ਕੌਣ ਅੱਜ ਉੱਥੋਂ ਚੱਲ ਸੂੰ। ਚਲੋ ਸ਼ੁਕਰ ਹੈ ਮੈਂ ਆਖਿਆ ਹੀ ਬਾਂ ਨੇ ਕਈ ਯਾਦ ਤੈਨੂੰ ਜਿਹੜਾ ਨਾ ਵਹਿੰਦੇ ਆਉਂਦੇ ਚੰਗੀ ਲੱਗੀ ਹੈ, ਜਿਵੇਂ ਹੁਣ ਠੀਕ ਹੈ ਤਾਂ ਪੱਕੀ ਗੱਲ। ਇਹ ਬਾਈ ਹੋਰੀ ਤਿਆਰ ਕਰਿੰਦੇ ਭੈਣ, ਮੈਂ ਕਿਹਾ ਚਲੋ ਫਿਰ ਅੱਛਾ ਕਰਕੇ ਜਿਹੜਾ ਨਾ ਮੇਰੇ ਖਿਆਲ ਬੱਠੀ ਦੇ ਵਿੱਚ ਤਿਆਰ ਹੋ ਸੀ ਨਾ,
ਮੱਠੀ ਵਗੈਰਾ ਵੀ ਭਾਈ ਹੋਰਾਂ ਨੇ ਜਾਣਾ ਨਾ, ਤਾਜ਼ੀ ਫਰੈਸ਼ ਵਾਲੀ ਹੋਈ ਹੈ। ਹਾਂ ਇੱਥੇ ਬਣਦੀ ਭਾਈ ਜਾਨ, ਜਿਹੜੇ ਬਣਦਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਲੋਕੇਸ਼ਨ ਤੋਂ ਗੁਲਸ਼ਨ ਮਾਰਕੀਟ ਤੋਂ ਪਹਿਲੇ ਜਲੰਧਰ, ਜਲੰਧਰ ਬੇਕਰੀ ਕੇ ਸਾਥ। ਹਾਂ ਜਲੰਧਰ ਬੇਕਰੀ ਇੱਥੇ ਖੜੇ ਹਾਂ ਭਾਈ। ਆ ਸਾਡਾ ਸੋਹਣਾ ਮੁਲਤਾਨ ਹੈ ਮਾਸ਼ਾਅੱਲਾ ਨਾਲ। ਤਿਆਰ ਹੋ ਜਾਂ ਵੱਲ ਤੁਹਾਨੂੰ ਦੀ ਕਹਿੰਦੇ ਵੀਰ, ਵੀਰ ਮਾਸ਼ਾਅੱਲਾ ਨਾਲ ਪੀਜ਼ਾ ਆ ਗਈ ਅਸੀਂ। ਪੀਜ਼ਾ ਹੀ ਮਾਸ਼ਾਅੱਲਾ ਸਹਿਜ ਹੀ ਹੈ। ਮਲਿਕ ਸਾਹਿਬ ਜਿਹੜਾ ਨਾ ਪਹਿਲੇ ਅਦੇ ਬਈ, ਮੈਂ ਕਿਹਾ ਸ਼ੁਰੂ ਕਰ, ਅੱਧਾ ਤੇਰਾ ਅਤੇ ਅੱਧਾ ਮੇਰਾ, ਲੇਕਿਨ ਦੁਆਂ ਕੋਲ ਮੁੱਕਦਾ ਨਹੀਂ ਅੱਜ ਜਿਹੜੀ ਪੋਜੀਸ਼ਨ ਲੱਗਦੀ ਪਈ ਹੈ। ਮੁੱਕ ਵੈਸੇ ਕੰਟਾ ਯਾਰ ਹੀ ਸਵਾਬ ਆਉਂਦਾ ਮਤਲਬ ਜੀ, ਦਸ ਖਾ ਕੇ ਸਹੀ ਆ। ਕਹਿ ਨੂੰ ਬਹਿ ਨੂੰ ਗੱਲ ਕਰ ਲਵੀਂਦਾ, ਓਏ ਓਏ ਮੂੰਹ ਸੜ ਗਈ ਹੈ। ਗਰਮ ਹੈ, ਅੱਛਾ ਗਰਮ ਹੈ ਸਹੀ, ਠੱਡਾ ਹੋ ਵਜੇ ਨਾ ਵੱਲ, ਕਿਵੇਂ? ਅੱਛਾ ਵਾਕਿਆ ਹੀ, ਖਿਆਲ ਕਰੇ ਮਰਾ ਨਾ ਦੇਵੇਂ, ਸਹੀ ਹੈ। ਚਲੋ ਮਾਸ਼ਾਅੱਲਾ ਸਹੀ, ਮਾਸ਼ਾਅੱਲਾ ਮਲੇ ਸਾਹਿਬ ਹੋਰੀ ਯਾਦਨ ਪੀਜ਼ਾ ਠੀਕ ਹੈ। ਚਲੋ ਪਸੰਦ ਤਾਂ ਆ ਗਈ ਨਾ ਮਲੇ ਸਾਹਿਬ ਨੂੰ, ਖੁਸ਼ੀ ਇਸ ਗੱਲ ਦੀ ਹੈ। ਪਹਿਲੇ ਦਿਨ ਭੁੱਖਾ ਬਾਣਾ ਹਟਾ ਤੇ ਲੈ ਵਜਾ ਨਾ, ਉਹ ਠੀਕ ਆ ਜੀ। ਕੋਲ ਚੈੱਕ ਕਰੇ ਨੇ ਬਿਹਤਰੀਨ ਜ਼ਬਰਦਸਤ। ਕਿਤਨਾ ਜੁਰਮਾਨਾ ਹੋ ਗਿਆ? ਬੋਤਲ ਹੀ ਇੱਕ ਲੀਟਰ, ਲੀਟਰ ਬੜਾ ਸਸਤਾ ਕੰਮ ਕੀਤਾ ਯਕੀਨ ਕਰ। 2500 ਰੁਪਏ ਚ ਰਵਾ ਹੈ ਅਗਲੀ ਜਵਾਰ, ਕਿਹੜੀ ਜਾਤ ਕੇ ਲੈ ਗਈਆਂ, ਇਹ ਹਾਲ ਹੈ। ਇੱਥੇ ਗਰਮੀ ਤਾਂ ਆਈ ਵੈਸੇ, ਲੇਕਿਨ ਜੇ ਯੂਟਿਊਬ ਦਾ ਚੈਨਲ ਹੈ ਮੇਤਲਾ ਵਲੌਗ ਅਫੀਸ਼ੀਅਲ ਦੇ ਨਾਂ ਤੋਂ। ਆਉਂਦੇ ਪੈਂਦੇ ਰਸਮ ਇਨਸ਼ਾਅੱਲਾ, ਕਿਉਂਕਿ ਮਜ਼ਾ ਆਇਆ ਇਨਸ਼ਾਅੱਲਾ ਗੱਪਸ਼ਪ। ਬਾਈ ਜਾਨ ਸਰਚ ਚ ਅਸੀਂ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ? ਇਹ ਮਲਿਕ ਬਿਲਾਲ, ਇਹ ਉਹਦਾ ਫੱਟਾ ਤੇ ਸਾਹਮਣੇ ਪੀ ਉਹਦਾ ਸੂਆ ਹੈ ਮਲਿਕ ਜੀ। ਹੁਣ ਆਖ ਤਾਂ ਸਹੀ, ਤਾਂ ਸਾਰੇ ਚੈਨਲ ਕੋ ਲਾਈਕ ਤੇ ਸਬਸਕ੍ਰਾਈਬ ਕਰੋ ਯਾਰ, ਇਹ ਤਾਂ ਬੇਈਮਾਨੀ ਹੈ। ਉਹ ਕਰੋ ਨਾ, ਆਖਣਾ ਬਸ ਉੱਚੀ ਆਵਾਜ਼ ਚ, ਕਿਆ ਸਾਡੇ ਚੈਨਲ ਕੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ। ਗਾਹਕਾਂ ਨੂੰ ਜੱਟ ਖੜਾ ਲਿਆ ਕਰ ਨਾ, ਤੈ ਮੈਨੂੰ ਕਿਹਾ ਕਹੀ ਤੈ ਬਈ। ਅੱਛਾ ਤੈ ਮੈਨੂੰ ਕਿਹਾ ਕਹੀ ਤੈ ਕਹੀ, ਮੈਂ ਤੈਨੂੰ ਸਬਸਕ੍ਰਾਈਬ ਕਰਵਾ ਦਿੱਤਾ ਕਰਸਾਂ ਜਿਹੜੇ ਬੰਦਾ ਬਰਫ ਲਵਾਣਾ, ਹੁਣ ਤੈਨੂੰ ਆਪਣੇ ਆਪ ਦਾ ਟਾਈਮ ਕੋ ਨਹੀਂ ਇਸ ਟਾਈਮ ਹੈ ਸਹੀ। ਮਲਿਕ ਸਾਹਿਬ ਉਹਨਾਂ ਕੋਲ ਪਹੁੰਚੇ ਆ ਸਹੀ, ਮੈਂ ਕਿਹਾ ਚਲੋ ਇੱਥੋਂ ਦਾ ਵਿਊ ਵੀ ਦਿਖਾਊਂ ਤੁਹਾਨੂੰ, ਇਹਨਾਂ ਨਾਲ ਗੱਪ ਸ਼ਾਪ ਵੀ ਲਾਊਂ। ਇਹ ਬੈਠਾ ਬੰਦਾ ਜਿਹੜਾ ਸ਼ੋਰਮੇ ਵੀ ਕਹਿੰਦਾ, ਇੱਥੇ ਫਰੀ ਵਾਲੇ ਸ਼ੋਰਮੇ ਆਉਂਦੇ ਨੇ, ਮਿਰਚਾਂ ਸ਼ਰਚਾਂ ਦੇਖ ਲਓ ਰਾਣੇ। ਜਦੋਂ ਮੈਨੂੰ 5 ਸ਼ੋਰਮੇ ਰੋਜ਼ ਦੇ ਦਿੱਤੇ ਕਰ ਫਰੀ, ਨਹੀਂ ਤੇ ਮੈਂ ਤੇਰੇ ਕੋਲ ਸ਼ੋਰਮਾ ਕੋਈ ਨਹੀਂ ਆ ਗਿਣਨ ਆਉਂਦਾ, ਮੈਂ ਰਜੀ ਰਜੀ ਆਉਂਦਾ ਸੀ। ਐਂ ਕਰਦੇ ਸਨ ਤੇਰੀ ਯਾਦ, ਸ਼ੋਰਮਾ ਜਿਹੜਾ ਤੂੰ ਦਿੰਦਾ ਹੈ, ਜਿਹੜਾ ਤੂੰ ਬਣਾ ਕੇ ਦਿੰਦਾ ਖਾਣਾ ਤੁਹਾਨੂੰ ਬੰਦਿਆਂ ਨੂੰ, ਸਿੱਧਾ ਹੋਵਾਂ ਸਿੱਧਾ।
ਤੈਂ ਕਿਆ ਕਹੇ, ਮਜ਼ਾਕ ਕਰਨ ਦਾ ਵਾਦਾ ਮੈਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰਵਾਵੇ ਨਾ ਜਿਹੜਾ ਤੇ ਮੈਨੂੰ ਆਖਾ ਹੀ ਦਾ ਬੰਦਿਆਂ ਕੋਲ ਕਿਹੜੇ ਲੈ ਕਰਵਾਏ ਸਨ ਬਰਫ ਲਵਣ ਆਇਆ ਵਾ। ਅੱਛਾ ਵੀ ਵਾਰੇ ਅਲੀ ਟਾਊਨ ਹੈ, ਅਲੀ ਟਾਊਨ ਮੁਲਤਾਨ। ਤੂੰ ਤਾਂ ਬਾਲਾਂ ਨੂੰ ਸੂਹੇ ਦਿਖਿਆ ਨਾ ਯਾਰ, ਤੂੰ ਤਾਂ ਬੰਦਾ ਹੀ ਠੀਕ ਕੋਣ ਹੈ ਓਏ, ਪੁੱਛ ਹੈ ਮੇਰਾ ਵੀਰਾ ਦੇਖ ਲਓ ਕਿਹਦਾ ਮਿਹਨਤੀ ਹੈ, ਇਹੋ ਜਿਹਾ ਕੋਈ ਵਾਲਾ ਸੀ ਇਸ ਦੁਨੀਆਂ ਤੇ ਮਿਹਨਤੀ ਉਹ ਮੇਰਾ ਵੀਰਾ ਇਹ ਮਿਹਨਤੀ ਹੈ ਨਾ। ਇਹ ਹੁਣ ਪੰਜਾਬਾਂ ਦੀ ਹੈ, ਇਹ ਹੁਣ ਪੰਜਾਬ ਦੀ ਛਾਪਰ ਹੈ। ਅੱਛਾ ਇਹ ਹੁਣ 30 ਦੀ ਹੈ, ਕੋਈ ਗੱਲ ਨੀ ਕਰੇ 200 ਰੁਪਏ ਚ ਹੈ, ਅੱਛਾ ਰੇ 400 ਰੁਪਏ ਚ ਹੋ ਗਏ ਇਹ ਗੱਲ ਤੇਰੀ ਜਾਇਦ ਹੈ। ਉਥਾਨੂੰ ਲਾ ਤੇ ਉਥਾ ਹੀ ਵੇਚੇ ਠੀਕ ਹੈ ਮਲੇ ਜੀ ਇਜਾਜ਼ਤ, ਓਕੇ ਅੱਲਾ ਹਾਫਿਜ਼। ਚੱਲ ਮਲੇ ਜੀ ਚਿੱਕੋ ਮੋਟਰਸਾਈਕਲ ਮਲਿਕ ਨਹੀਂ ਜ਼ਿੰਦਾਬਾਦ, ਪਾਕਿਸਤਾਨ ਪੈਂਦਾਬਾਦ ਹੈ, ਪਾਕਿਸਤਾਨ ਜ਼ਿੰਦਾਬਾਦ। ਮਲਿਕ ਨਹੀਂ ਅਸਲਾਮ ਵਾਲੇਕਮ, ਤੇਰੀ ਵੇਲਾ ਮੁੰਡਾ ਵੀਡੀਓ ਬਾਹਰ ਤੇ ਗਿਆ, ਮੈਨੂੰ ਤੂੰ ਭੁੱਲਦਾ ਨੇ ਉਹ ਜਵਾਰ ਇੱਥੇ ਬੱਧਾ ਬੈਠਾ ਹੋ ਗਿਆ ਵੇਲਾ ਮੁੰਡਾ, ਕਹਿੰਦਾ ਤੇਰੀ ਵੀਡੀਓ ਬਾਹਰ ਗਿਆ ਬਚ ਗਈ ਹੈ ਨਾ। ਮੁਲਤਾਨ ਪੀਜ਼ਾ ਪਾਰਟੀ ਕੋਈ ਛੋਟੇ ਮੋਟੇ ਕੰਮ ਮਨ ਉਹ ਕੀਤੇ ਨੇ। ਮਲੇ ਜੀ ਬੋਤਲਾਂ ਪਈਆਂ, ਬਰਗਰ ਪਈਏ, ਰਾਣੇ ਦਾ ਸ਼ੋਰ ਮੈਂ ਇਹ ਖਾਦਾ ਕਰੋ। ਹਾਂ ਪਾ ਦਿੱਤੀ ਹੈ ਬਗੈਰ ਪਰੇਸ਼ਾਨੀ ਤੋਂ, ਠੀਕ ਹੈ ਮਲੇ ਜੀ ਇਜਾਜ਼ਤ, ਓਕੇ ਟਾਈਮ ਡੇ ਸਾਰਾ ਹੋ ਗਈ ਸਫ਼ਰ ਦੇਰ। ਵੀਵਰ ਘਰ ਪਹੁੰਚੇ 9:16 ਹੋ ਗਏ ਅਤੇ ਨਾਲ ਖੈਰ ਤੇ ਘਰ ਪਹੁੰਚੇ, ਮੈਂ ਕਿਹਾ ਦੋਸਤਾਂ ਨੂੰ ਦੱਸ ਦਊਂ ਅਤੇ ਅੱਜ ਵਾਲੇ ਵਲੌਗ ਦਾ ਵੀਵਰ ਥਾਂ ਹੀ ਕਰੇ ਨੇ ਐਂਡ। ਅੱਲਾ ਹਾਫਿਜ਼, ਅਤੇ ਅਗਲੀ ਗੱਲ ਤਾਂ ਤੁਹਾਨੂੰ ਪਤਾ ਵੱਲ ਜਿਹੜੀ ਮੈਂ ਤੁਹਾਨੂੰ ਆਖੂਆਂ, ਜਲਦੀ ਜਲਦੀ ਸਾਰੇ ਚੈਨਲ ਕੋ ਮਾਰੋ ਸਬਸਕ੍ਰਾਈਬ, ਕੱਲ੍ਹ ਮਿਲ ਸੁ ਨਵੇਂ ਵਲੌਗ ਦੇ ਨਾਲ ਇਨਸ਼ਾਅੱਲਾ। ਉਹ ਆਪਣੀ ਮਾਂ ਨੂੰ ਹੀ ਆਈ ਬੈਠੀ ਹੈ।